ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਚੈਨਲ 'ਤੇ। ਤਾਂ ਜਿਨ੍ਹਾਂ ਬੱਚਿਆਂ ਨੇ 10ਵੀਂ ਅਤੇ ITI ਕੀਤੀ ਹੈ ਉਹਨਾਂ ਦੇ ਲਈ ਸੁਨਹਿਰੀ ਮੌਕਾ ਹੈ, ਕਿਉਂਕਿ 3000 ਤੋਂ ਵੱਧ ਅਪ੍ਰੈਂਟਿਸਸ਼ਿਪ ਪੋਸਟਾਂ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ। ਕੋਈ ਪੇਪਰ ਨਹੀਂ ਸਿੱਧੀ ਹੋਏਗੀ ਇਹਨਾਂ 'ਤੇ ਭਰਤੀ, ਅਤੇ ਇਹ ਕਿਵੇਂ ਫਾਰਮ ਭਰਨੇ ਨੇ, ਕਿੱਥੋਂ ਭਰੋਗੇ ਤੁਸੀਂ, ਕੀ ਇਹਦੀ ਆਖਰੀ ਮਿਤੀ ਹੈ, ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਇਸ ਵੀਡੀਓ ਦੇ ਵਿੱਚ। ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ 'ਤੇ ਪਹਿਲੀ ਵਾਰੀ ਆ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਦੇਣਾ, ਕਿਉਂਕਿ ਆਪਾਂ ਇੱਥੇ ਹਰ ਤਰ੍ਹਾਂ ਦੀ ਪੰਜਾਬ ਦੀ ਅਪਡੇਟ ਬਾਰੇ ਤੁਹਾਨੂੰ ਜਾਣਕਾਰੀ ਦਿੰਦੀਆਂ ਹੀ ਰਹਿੰਦੇ ਹਾਂ। ਸੋ ਦੋਸਤੋ, ਇਹ ਅਪ੍ਰੈਂਟਿਸਸ਼ਿਪ ਪੋਸਟਾਂ ਨੇ ਜਿਨ੍ਹਾਂ ਨੇ ਸਿਰਫ ਅਤੇ ਸਿਰਫ 10ਵੀਂ ਅਤੇ ITI ਕੀਤੀ ਹੋਈ ਹੈ ਉਹਨਾਂ ਨੂੰ ਇਲੈਕਟ੍ਰੀਕਲ, ਮਕੈਨੀਕਲ ਇੱਦਾਂ ਦੀਆਂ ਅਲੱਗ ਅਲੱਗ ਜਿਹੜੀਆਂ ਨੇ ਪਹਿਲਾਂ ਅਪ੍ਰੈਂਟਿਸਸ਼ਿਪ ਪੋਸਟਾਂ ਦੇ ਲਈ ਅਪਲਾਈ ਕਰਨਾ ਪੈਂਦਾ ਹੈ, ਫਿਰ ਉਹਨਾਂ ਦੀ ਭਰਤੀ ਹੁੰਦੀ ਹੈ। ਸੋ ਇੱਦਾਂ ਹੀ ਇਹਨਾਂ ਨੇ 3000 ਪੋਸਟਾਂ ਦੀ ਅਪ੍ਰੈਂਟਿਸਸ਼ਿਪ ਜਾਰੀ ਕੀਤੀ ਹੈ, ਅਤੇ ਇਹ ਫਾਰਮ ਆਪਾਂ ਕਿਵੇਂ ਭਰਨੇ ਨੇ ਇਹ ਜਾਣਕਾਰੀ ਜ਼ਰੂਰ ਲੈ ਲੈਣਾ, ਅਤੇ ਆਖਰੀ ਮਿਤੀ ਬਾਰੇ ਜ਼ਰੂਰ ਦੇਖ ਲੈਣਾ, ਲਾਸਟ ਤੱਕ ਵੀਡੀਓ ਨੂੰ ਜ਼ਰੂਰ ਦੇਖਣਾ ਤਾਂ ਕਿ ਤੁਹਾਨੂੰ ਸਾਰੀ ਜਾਣਕਾਰੀ ਸਹੀ ਅਤੇ ਸਟੀਕ ਮਿਲ ਸਕੇ। ਤਾਂ ਦੋਸਤੋ, ਟੋਟਲ ਵੈਕੈਂਸੀਜ਼ ਦੀ ਗੱਲ ਕਰੀਏ 3115 ਨੇ, ਠੀਕ ਹੈ ਜੀ। ਐਜੂਕੇਸ਼ਨਲ ਦੀ ਗੱਲ ਕਰੀਏ ਤਾਂ ਇਹਨਾਂ ਨੇ ਕਿਹਾ 10ਵੀਂ ਹੋਣੀ ਚਾਹੀਦੀ ਹੈ 50% ਮਾਰਕਸ ਦੇ ਨਾਲ ਪਾਸ, ਉਹਨਾਂ ਕੋਲ ITI ਸਰਟੀਫਿਕੇਟ ਹੋਣਾ ਚਾਹੀਦਾ ਹੈ, ਫਿਰ ਐਕਸਪੀਰੀਅੰਸ ਮਤਲਬ ਕਿ ਕੋਈ ਐਕਸਪੀਰੀਅੰਸ ਨਹੀਂ ਚਾਹੀਦਾ, ਏਜ ਲਿਮਿਟ ਹੈ ਜਿਹੜੀ 15 ਤੋਂ 24 ਸਾਲ ਹੋਣੀ ਚਾਹੀਦੀ ਹੈ, ਅਤੇ SC BC ਵਾਲਿਆਂ ਵਾਸਤੇ ਉਹਨਾਂ ਵਾਸਤੇ 10 ਸਾਲ ਜਿਹੜੀ ਰਿਲੈਕਸੇਸ਼ਨ ਦਿੱਤੀ ਜਾਂਦੀ ਹੈ। ਸਿਲੈਕਸ਼ਨ ਪ੍ਰੋਸੈਸ ਹੋਏਗਾ ਮੈਰਿਟ ਲਿਸਟ ਜਿਹੜੀ ਕਿ ਮੈਟ੍ਰਿਕ ਔਰ ITI ਦੇ ਮਾਰਕਸ 'ਤੇ ਬਣਾਈ ਜਾਏਗੀ, ਮਤਲਬ ਕਿ ਜਿਹੜੇ ਤੁਹਾਡੇ 10ਵੀਂ ਦੇ ਨੰਬਰ ਹੋਣਗੇ ਪਲੱਸ ITI ਦੇ ਨੰਬਰ ਹੋਣਗੇ ਉਹਨਾਂ ਦੇ ਬੇਸ 'ਤੇ ਇਹਦੀ ਇੱਕ ਲਿਸਟ ਤਿਆਰ ਕੀਤੀ ਜਾਏਗੀ। ਇਹਦੀ ਫੀਸ ਹੈ ਸਿਰਫ ਅਤੇ ਸਿਰਫ 100 ਰੁਪਏ ਸਾਰਿਆਂ ਵਾਸਤੇ, ਪਰ SC BC ਔਰ ST ਵਾਲਿਆਂ ਵਾਸਤੇ ਨਹੀਂ ਹੈ, ਸੋਰੀ ਦੋਸਤੋ, SC ST ਔਰ ਵੂਮੈਨਸ ਦੇ ਲਈ। ਰੇਟ ਆਫ ਨੋਟੀਫਿਕੇਸ਼ਨ 9 ਸਤੰਬਰ ਨੂੰ ਜਾਰੀ ਕੀਤਾ ਗਿਆ। ਕੈਟਾਗਰੀ ਜੋਬ ਕੈਟਾਗਰੀ ਜਿਹੜੀ ਅਪ੍ਰੈਂਟਿਸਸ਼ਿਪ ਹੈ, ਪੋਸਟ ਨੋਟੀਫਾਈਡ ਟ੍ਰੇਡ ਅਪ੍ਰੈਂਟਿਸਸ਼ਿਪ, ਇੰਪਲੋਇਮੈਂਟ ਟਾਈਪ ਹੈਗਾ ਮਤਲਬ ਕਿ ਇਹਨਾਂ ਦੀ ਅਪ੍ਰੈਂਟਿਸਿਪ ਲੱਗੇਗੀ। ਜੋਬ ਲੋਕੇਸ਼ਨ ਹੈਗੀ ਹੈ ਵੇਰੀਅਸ ਡਿਵੀਜ਼ਨ ਵਰਕਰਸ ਆਫ ਈਸਟਰਨ ਰੇਲਵੇ, ਹਾਵੜਾ, ਸੇਲੇਡਾ, ATC। ਸੈਲਰੀ ਜਿਹੜੀ ਹੈ ਉਹ ਅਪ੍ਰੈਂਟਿਸਿਪ ਜਿਹੜੇ ਰੂਲ ਹੁੰਦੇ ਨੇ ਉਹਨਾਂ 'ਤੇ ਹੀ ਬੇਸਡ ਹੋਏਗੀ। ਤਾਂ ਇਹਨਾਂ ਪੋਸਟਾਂ ਨੂੰ ਦੋਸਤੋ ਤੁਸੀਂ ਭਰ ਸਕਦੇ ਹੋ ਰੇਲਵੇ ਰਿਕਰੂਟਮੈਂਟ ਦੇ ਓਫੀਸ਼ੀਅਲ ਵੈਬਸਾਈਟ ਪੇਜ 'ਤੇ ਜਾ ਕੇ, ਠੀਕ ਹੈ ਜੀ। ਉਹ ਤੁਹਾਨੂੰ ਮੈਂ ਲਿੰਕ ਦੇ ਦਿਆਂਗਾ, ਜੇਕਰ ਤੁਸੀਂ ਕਿਸੇ ਨੇ ਭਰਨੀ ਹੋਏ ਤਾਂ ਆਪਣਾ ਕਮੈਂਟ ਕਰ ਦੇਣਾ, ਉਹਦਾ ਲਿੰਕ ਤੁਹਾਨੂੰ ਡਾਇਰੈਕਟ ਦੇ ਦਿੱਤਾ ਜਾਏਗਾ ਕਮੈਂਟ ਦੇ ਵਿੱਚ। ਇਹ ਦੋਸਤੋ ਰੇਲਵੇ ਦੀਆਂ ਅਪ੍ਰੈਂਟਿਸਿਪ ਪੋਸਟਾਂ ਨੇ, 3000 ਤੋਂ ਵੱਧ ਨੇ। ਸੋ ਜਿਨ੍ਹਾਂ ਬੱਚਿਆਂ ਨੇ 10ਵੀਂ ਪਲੱਸ ITI ਕੀਤੀ ਹੋਈ ਹੈ ਉਹ ਜ਼ਰੂਰ ਅਪਲਾਈ ਕਰਨ ਇਹਨਾਂ ਪੋਸਟਾਂ ਦੇ ਲਈ, ਕਿਉਂਕਿ ਅਪ੍ਰੈਂਟਿਸਿਪ ਤੋਂ ਬਾਅਦ ਦੋਸਤੋ ਉੱਥੇ ਪੱਕੀ ਜੋਬ ਮਿਲ ਜਾਂਦੀ ਹੈ ਅਤੇ ਬਹੁਤ ਵਧੀਆ ਸੈਲਰੀ ਵੀ ਦਿੰਦੇ ਨੇ। ਸੋ ਦੋਸਤੋ ਜਿਨ੍ਹਾਂ ਨੇ ITI ਕੀਤੀ ਹੋਈ ਹੈ 10ਵੀਂ ਦੇ ਨਾਲ ਨਾਲ 50% ਨੰਬਰ ਹੈ ਤਾਂ ਉਹ ਜ਼ਰੂਰ ਅਪਲਾਈ ਕਰਨ, ਕਿਉਂਕਿ 3000 ਪੋਸਟਾਂ ਨੇ, ਤੁਹਾਡੇ ਨੰਬਰ ਆਉਣ ਦੇ ਚਾਂਸ ਬਹੁਤ ਜ਼ਿਆਦਾ ਨੇ। ਜੇਕਰ ਤੁਹਾਡੇ 75+ ਨੰਬਰ ਨੇ ਫਿਰ ਤਾਂ ਤੁਹਾਡੇ ਚਾਂਸ ਬਹੁਤ ਹੀ ਜ਼ਿਆਦਾ ਨੇ। ਸੋ ਇਹਨਾਂ ਪੋਸਟਾਂ ਨੂੰ ਜ਼ਰੂਰ ਭਰਿਆ ਕਰੋ। ਇੱਦਾਂ ਦੀ ਪੋਸਟਾਂ ਦੀ ਜਾਣਕਾਰੀ ਲੈਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਧੰਨਵਾਦ ਜੀ।